ਰੋਲੇ ਕੋਲੇ ਵਾਲੀ ਗੱਲ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿ ਅੱਜ ਦੀ ਗੱਲ ਕਰੀਏ ਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਸੀ ਰੋਲਾ ਰੱਪਾਇਆ ਰਾਜਪਾਲ ਪਾਸਨ ਸ਼ੁਰੂ ਕਰਨ ਲੱਗੇ ਤੇ ਵਿਰੋਧੀ ਧਿਰ ਨੇ ਹੱਲਾ ਬੋਲ ਦਿੱਤਾ ਰਾਜਪਾਲ ਤੇ ਕਾਦਾ ਗੁੱਸਾ ਸੀ ਤੇ ਸੈਸ਼ਨ ਕਿੰਨਾ ਕੁ ਤੂਫਾਨੀ ਰਹੇਗਾ ਆਉਣ ਵਾਲੇ ਦਿਨਾਂ 'ਚ ਕਿ ਐਵਰੀ ਗੁੱਸਾ ਕਿਸੇ ਹੋਰ ਗੱਲ ਦਾ ਹੁੰਦਾ ਤੇ ਨਿਕਲ ਕਿਸੇ ਹੋਰ ਤੇ ਜਾਂਦਾ ਹੂੰ ਪੰਜਾਬ ਦੇ ਵਿੱਚ ਵੱਡੀ ਜਿੱਤ ਜਿਹੜੀ 1 ਸਾਲ ਪਹਿਲਾਂ ਹੋਈ ਆਮ ਆਦਮੀ ਪਾਰਟੀ ਦੀ ਉਸ ਵਿੱਚ ਬਹੁਤਿਆਂ ਵੱਡੀਆਂ ਧਿਰਾਂ ਤੇ ਬਹੁਤੇ ਵੱਡੇ ਨਾਮ ਪੂਜੇ ਗਏ ਇਹ ਸਭ ਨੂੰ ਪਤਾ ਹੈ ਜੇ ਅਸੀਂ ਗੱਲ ਕਰੀਏ ਕਾਂਗਰਸ ਦੀ ਤੇ 18 ਕ ਵਿਧਾਇਕ ਨੇ ਇਹਨਾਂ ਦੇ ਅਕਾਲੀ ਦਲ ਕੋਲ ਤਿੰਨ ਨੇ ਬਹੁਜਨ ਸਮਾਜ ਪਾਰਟੀ ਕੋਲ ਇੱਕ ਹੈ ਤੇ ਭਾਜਪਾ ਕੋਲ ਦੋ ਨੇ ਇਹੋ ਜੀ ਕਹਾਣੀ ਬਣੀ ਪਈ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਵਿਰੋਧੀ ਧਿਰ ਦੀ ਗਿਣਤੀ ਘਟ ਹੋਵੇ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਬਲਕਿ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਅਸੀਂ ਆਪਣੀ ਥੋੜੀ ਆਵਾਜ਼ ਨੂੰ ਕਿਵੇਂ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਹੈ ਜੇ ਤੁਸੀਂ ਆਜ਼ਾਦੀ ਦੇ 75 ਕੋ ਸਾਲ ਲਾ ਲਈਏ ਇਹਨਾਂ ਸਮਿਆਂ ਦੇ ਵਿੱਚੋਂ ਬਹੁਤੇ ਸਾਲ ਪੰਜਾਬ ਦੇ ਵਿੱਚ ਕਾਂਗਰਸ ਨੇ ਰਾਜ ਕੀਤਾ ਹੈ ਇਹ ਨਵੀਂ ਪਾਰਟੀ ਉੱਠੀ ਆਮ ਆਦਮੀ ਪਾਰਟੀ ਪਹਿਲੀ ਵਾਰੀ ਇਹਨਾਂ ਦੀ ਸਰਕਾਰ ਬਣੀ ਹੈ ਕਾਂਗਰਸ ਅੰਦਰੂਨੀ ਧੜੇਬੰਦੀ ਦਾ ਵੀ ਸ਼ਿਕਾਰ ਹੈ ਤੇ ਕੇਂਦਰੀ ਪੱਧਰ ਤੇ ਕੋਈ ਥਾਂ ਟਿਕਾਣਾ ਜਾਂ ਹੱਥ ਅਡਾਉਣ ਲਈ ਕੋਈ ਕੁੰਡਾ ਵੀ ਲੱਭ ਰਹੀ ਐ ਕਿ ਕਿਤੇ ਹੱਥ ਪੈ ਜਾਵੇ ਕਿਤੇ ਕਿਤੇ ਗੱਲ ਬਣਦੀ ਨਜ਼ਰ ਵੀ ਆ ਰਹੀ ਐ ਹਿਮਾਚਲ ਪ੍ਰਦੇਸ਼ ਚ ਸਰਕਾਰ ਬਣੀ ਐ ਹੁਣ ਜਿਮਨੀ ਚੋਣਾ ਹੋਈਆਂ ਨੇ ਉੱਥੇ ਕੋਈ ਸੀਟਾਂ ਮਿਲ ਵੀ ਗਈਆਂ ਨੇ ਪਰ ਜਿਹੜੀ ਖਿੱਚੋ ਤਾਣ ਐ ਨਾ ਉਹ ਚੱਲ ਰਹੀ ਐ ਉਹ ਇੱਕ ਪਾਸਿਓਂ ਨਹੀਂ ਕਈ ਪਾਸਿਓਂ ਚੱਲ ਰਹੀ ਐ ਕਾਂਗਰਸ ਦੀ ਗੱਲ ਇਹ ਐ ਮਜਬੂਰੀ ਐ ਪੰਜਾਬ ਦੇ ਵਿੱਚ ਕਿ ਉਹ ਜਿੱਥੇ-ਜਿੱਥੇ ਕਾਂਗਰਸ ਦੀ ਸਰਕਾਰ ਹੈ ਅਜੇ ਹਿਮਾਚਲ ਵਿਧਾਨ ਸਭਾ ਦਾ اجلاس ਸ਼ੁਰੂ ਹੋਣਾ ਹੈ ਉੱਥੇ ਨਵੀਂ ਸਰਕਾਰ ਆਈ ਹੈ ਕਾਂਗਰਸ ਦੀ ਤੇ ਗਵਰਨਰ ਉੱਥੇ ਵੀ ਭਾਜਪਾ ਦੁਆਰਾ ਹੀ ਲਾਏ ਗਏ ਉੱਥੇ ਹੋਣ ਕਿਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਘਰ ਇਹ ਨਹੀਂ ਹੈ ਕਿ ਜਦੋਂ ਕੇਂਦਰ ਦੇ ਵਿੱਚ ਲੰਬਾ ਸਮਾਂ ਇੱਕ ਸਰਕਾਰ ਨੂੰ ਬਣੀ ਨੂੰ ਹੋ ਜਾਏ ਫਿਰ ਬਹੁਤੇ ਸੂਬਿਆਂ ਦੇ ਵਿੱਚ ਗਵਰਨਰ ਜਿਹੜੇ ਹੁੰਦੇ ਨੇ ਰਾਜਪਾਲ ਉਹਨਾਂ ਦੀ ਮਰਜ਼ੀ ਦੇ ਹੁੰਦੇ ਨੇ ਪਹਿਲੇ ਉਹਦਾ ਕਾਰਜਕਾਲ ਮੁੱਕ ਜਾਂਦਾ ਤਾਂ ਫਿਰ ਦੂਸਰੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਉਣੇ ਨੇ ਤੇ ਜਿੰਨੇ ਕੁ ਸੂਬਿਆਂ ਦੀ ਮੈਂ ਗੱਲ ਕਰਨੀ ਚਾਹਾਂ ਜਿਨ੍ਹਾਂ ਦੇ ਵਿੱਚ ਕਰਨਾਟਕ ਵੀ ਹੈ ਜਿਨ੍ਹਾਂ ਦੇ ਵਿੱਚ ਹਿਮਾਚਲ ਵੀ ਹੈ ਬੰਗਾਲ ਵੀ ਹੈ ਔਰ ਇਹਨਾਂ ਦੇ ਵਿੱਚ ਤੇ ਕੇਰਲਾ ਵੀ ਹੈ ਇੱਥੇ ਖਿੱਚੋ ਤਾਣ ਚੱਲ ਰਹੀ ਹੈ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਸੂਬਿਆਂ ਦੇ ਵਿੱਚ ਉੱਥੇ ਹੀ ਰਾਜਪਾਲ ਦੇ ਨਾਲ ਸੀਐਮ ਦਾੜੇ ਦਾ ਤਕਰੀਬਨ ਤਕਰੀਬਨ ਪਿਆ ਹੋਇਆ ਬੰਗਾਲ ਦਾ ਸਾਰਿਆਂ ਨੂੰ ਪਤਾ ਹੈ ਕੇਰਲਾ ਦੇ ਵਿੱਚ ਵੀ ਇਹੋ ਜੀ ਕਹਾਣੀ ਹੈ। ਕਰਨਾਟਕ ਦੇ ਵਿੱਚ ਮੁੱਖ ਮੰਤਰੀ ਐਮਕੇ ਸਟਾਲਨ ਪਿਛਲੇ ਦਿਨੀ ਇਸੇ ਤਰ੍ਹਾਂ ਜਿਵੇਂ ਅੱਜ ਪੰਜਾਬ 'ਚ ਹੋਇਆ ਕਿ ਰਾਜਪਾਲ ਭਾਸ਼ਣ ਪੜ੍ਹ ਰਿਹਾ ਸੀ ਤੇ ਕਹਿੰਦੇ ਨੇ ਕਿਥੇ ਤੌਰ ਤੇ ਉਹਨਾਂ ਨੇ ਭਾਸ਼ਣ ਦੇ ਵਿੱਚੋਂ ਕੁਝ ਚੀਜ਼ਾਂ ਛੱਡ ਦਿੱਤੀਆਂ। ਤੇ ਐਮਕੇ ਸਟਾਲਨ ਨੇ ਉਹਨਾਂ ਨੂੰ ਰੋਕ ਦਿੱਤਾ। ਜਦੋਂ ਰੋਕਿਆ ਤੇ ਗੁੱਸੇ ਨਾਲ ਰਾਜਪਾਲ ਬਾਹਰ ਨਿਕਲ ਗਿਆ। ਰਾਜਪਾਲ ਦੇ ਬਾਰੇ ਕਨਸਟੀਟਿਊਸ਼ਨ ਦੇ ਵਿੱਚ ਕੀ ਲਿਖਿਆ ਗਿਆ ਹੈ? ਕਿ ਉਹ ਕੋਈ ਇਸ ਤਰ੍ਹਾਂ ਦਾ ਕੋਈ ਸ਼ੋਪੀਸ ਨਹੀਂ ਹੈ ਪਰ ਫਿਰ ਵੀ ਉਹਨਾਂ ਕੋਲ ਇੰਨੀ ਜ਼ਿਆਦਾ ਪਾਵਰਾਂ ਵੀ ਨਹੀਂ ਪਰ ਚੀਫ ਮਿਨਿਸਟਰ ਨੂੰ ਤੇ ਸਰਕਾਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਸੰਵਿਧਾਨ ਦੀ ਰਾਖੀ ਵਾਸਤੇ ਇੱਥੇ ਬਿਠਾਏ ਹੋਏ ਨੇ ਹੂੰ ਹੂੰ ਪਰ ਇਹ ਜਿਹੜੀ ਇੱਕ ਕਸ਼ਮਕਸ਼ ਚੱਲ ਰਹੀ ਹੈ ਇਸ ਨਾਲ ਨੁਕਸਾਨ ਕਿਹਦਾ ਹੋ ਰਿਹਾ ਪੰਜਾਬ ਦਾ ਚਲੋ ਕੇਂਦਰ ਤੇ ਇਲਜ਼ਾਮ ਹੋਵੇਗਾ ਕਿ ਉਹ ਕਰਦੇ ਹੋਣਗੇ ਪਰ ਜਦੋਂ ਅਸੀਂ ਆਪ ਕਰਨ ਲੱਗ ਪਈਏ ਤਾਂ ਫਿਰ ਕੀ ਇਲਾਜ ਹੈ ਜੋ ਕਾਂਗਰਸ ਨੇ ਕੀਤਾ ਮੈਂ ਇਸ ਨੂੰ ਸਹੀ ਨਹੀਂ ਸਮਝਦਾ ਠੀਕ ਨਹੀਂ ਬਜਟ اجلاس ਸ਼ੁਰੂ ਹੁੰਦਾ ਹੈ ਬਜਟ ਪੰਜਾਬ ਦਾ اجلاس ਮੈਂ ਸਮਝਦਾ ਕਿ ਹੋਰ ਗੱਲਾਂ ਵੀ ਬਹੁਤ ਹੈਗੀਆਂ ਪਰ ਇਹ ਸਭ ਤੋਂ ਇੰਪੋਰਟੈਂਟ ਸਭ ਤੋਂ ਜਿਹੜਾ ਜਿਹੜਾ ਸਾਨੂੰ ਲਾਗਿਓ ਵੇਖਣਾ ਚਾਹੀਦਾ ਹੈ ਨਾ اجلاس ਇਹ ਉਹ ਹੈ ਪਰ ਤਕਨੀਕੀ ਗੱਲਾਂ ਹੁੰਦੀਆਂ ਨੇ ਕਈ ਵਾਰ ਸਾਡੇ ਪੱਲੇ ਨਹੀਂ ਪੈਂਦੀਆਂ ਇਹ اجلاس ਜਿਹੜਾ ਇਸ ਵਿੱਚ ਪੰਜਾਬ ਤੇ ਸਿਰ ਚੜਿਆ ਹੋਇਆ ਕਰਜ਼ਾ ਪੰਜਾਬ ਦੇ ਕੋਲ ਪੈਸੇ ਦੀ ਕਮੀ ਖਾਲੀ ਖਜ਼ਾਨਾ ਕਿੱਥੇ ਕਿੱਥੇ ਖਰਚਣੇ ਨੇ ਕਿਹਨੂੰ ਫਾਇਦਾ ਹੋਵੇਗਾ ਵੱਡੀ ਕਿਸਾਨੀ ਦਾ ਮਸਲਾ ਹੈ ਬੇਰਜ਼ਗਾਰੀ ਦਾ ਸਭ ਕੁਝ ਹੈ ਕਿਹਦੇ ਵਾਸਤੇ ਕੀ ਰੱਖਿਆ ਜਾਵੇਗਾ ਇਹ ਸਰਕਾਰ ਦਾ ਪਹਿਲਾ ਬਜਟ ਇਸ ਤਰ੍ਹਾਂ ਹੋਵੇਗਾ ਜਿਹੜਾ 1 ਸਾਲ ਦੀ ਪਰਫਾਰਮੈਂਸ ਤੋਂ ਬਾਅਦ ਆਉਣਾ ਹੈ ਤੇ ਲੋੜ ਹੈ ਇੱਥੇ ਥੋੜਾ ਜਿਹਾ ਕੁਝ ਵਿੱਚੋਂ ਲੱਭਣ ਦੀ ਤੇ ਹਰ ਇਜਲਾਸ ਦੀ ਸ਼ੁਰੂਆਤ ਜਿਹੜੀ ਹੈ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਣਾ ਹੈ ਉਹ ਰਾਜਪਾਲ ਦੇ ਭਾਸ਼ਣ ਨਾਲ ਹੋਣੀ ਹੈ ਤੇ ਰਾਜਪਾਲ ਨੂੰ ਭਾਸ਼ਣ ਜਿਹੜਾ ਲਿਖਤੀ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਹੀ ਸੀ ਕਹਿੰਦੇ ਨੇ ਕਿ ਜੋ ਐਮਕੇ ਸਟਾਲਨ ਨੇ ਦਿੱਤਾ ਹੋਇਆ ਸੀ ਉਸ ਵਿੱਚੋਂ ਕੁਝ ਹਿੱਸਾ ਛੱਡ ਗਿਆ ਰਾਜਪਾਲ ਏ ਵੀ ਨਹੀਂ ਕਿ ਰਾਜਪਾਲ ਜਿਹੜੇ ਨੇ ਉਹ ਛੱਡ ਨਹੀਂ ਸਕਦੇ ਕਹੇ ਜਾਂਦਾ ਕਿ ਛੱਡ ਵੀ ਸਕਦੇ ਨੇ ਇਹੋ ਜੀ ਗੱਲ ਨਹੀਂ ਕੋਈ ਵੀ ਪਰ ਘੜਪਟੇ ਹੋ ਗਏ ਨਾ ਬੇਸਵਾਦੀ ਵੀ ਹੋਈ ਹੈ ਹੁਣ ਬਨਵਾਰੀ لال ਪ੍ਰੋਹਿਤ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਾਵਾ মিডিਆ ਦੇ ਵਿੱਚ ਤੇ ਹੋਰ ਥਾਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪਣੇ ਨਰਾਜ਼ਗੀ ਜ਼ਾਹਰ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੀ ਹੈ ਉਹ ਅਦਾਲਤਾਂ ਦੇ ਵਿੱਚੋਂ ਤਾਂ ਗੱਲ ਮੁੱਕਈ ਆਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਸੀ ਉੱਥੇ ਸ਼ਾਇਦ ਕੁਝ ਠੰਡਾ ਪਾਣੀ ਜਾਂ ਜੂਸ ਵਗੈਰਾ ਦੋਵਾਂ ਤਿਹਰਾ ਨੇ ਪੀਤਾ ਹੋਵੇਗਾ ਤੇ ਠੰਡੇ ਦਿਮਾਗ ਨਾਲ ਸੋਚਿਆ ਹੋਵੇਗਾ ਪਰ ਗੱਲ ਸਬਲীন ਇਸ ਤਰ੍ਹਾਂ ਹੈ ਨਹੀਂ ਜਿੰਨੀ ਸੌਖੀ ਸਾਨੂੰ ਜਾਪਦੀ ਹੈ ਕਿ ਇੱਕ ਵਾਰੀ ਕਿਤੇ ਸੱਤ ਸ੍ਰੀ ਕਾਲ ਬੁਲਾ ਲੇ ਜਾਂ ਹੱਥ ਮਿਲਾ ਲਿਆ ਤੇ ਮਸਲੇ ਦੂਰ ਹੋ ਜਾਣਗੇ ਇਹ ਤੇ ਹੋਰ ਪਾਸਿਓਂ ਇਸ਼ਾਰੇ ਹੋਣ ਦੀ ਗੱਲ ਚਲਦੀ ਹੈ ਜੀ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਸਟੈਪ ਪਿੱਛੇ ਹੋਣਾ ਪਿਆ ਸੁਣਵਾਈ ਸ਼ੁਰੂ ਹੋਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਆ ਜਾਓ 3 ਮਾਰਚ ਨੂੰ ਬਜਟ اجلاس ਸ਼ੁਰੂ ਕਰਦੇ ਆਂ ਤੇ ਸ਼ੁਰੂ ਉਹਨਾਂ ਨੇ ਕਰਨੇ ਸੀ ਹਰ ਵਾਰ ਇਸੇ ਤਰ੍ਹਾਂ ਹੀ ਹੁੰਦਾ ਉਹਨਾਂ ਨੇ ਗੱਲ ਸ਼ੁਰੂ ਕੀਤੀ ਭਾਸ਼ਨ ਸਰਕਾਰ ਦਾ ਦਿੱਤਾ ਹੈ ਪੜਨਾ ਸ਼ੁਰੂ ਕੀਤਾ ਤੇ ਕਿਹਾ ਮੇਰੀ ਸਰਕਾਰ ਇਸ ਤਰ੍ਹਾਂ ਕਰਦੀ ਹੈ ਇਸ ਤਰ੍ਹਾਂ ਕਰੇਗੀ ਮੇਰੀ ਇਹੋ ਕੁਛ ਹੀ ਹੁੰਦਾ ਅਸੀਂ ਸੁਣਦੇ ਨਹੀਂ ਕੋਰ ਨਾਲ ਪਰ ਇਸੇ ਤਰ੍ਹਾਂ ਹੀ ਹੁੰਦਾ ਹਰ ਥਾਂ ਇਸੇ ਤਰ੍ਹਾਂ ਮਾਈ ਗਵਰਨਮੈਂਟ ਤੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਉਹ ਖੜੇ ਹੋ ਗਏ ਉਹ ਕਹਿੰਦੇ ਜੀ ਕਿ ਜੇ ਤੁਹਾਡੀ ਇੱਜ਼ਤ ਨਹੀਂ ਕਰਦੀ ਸਰਕਾਰ ਤੇ ਤੁਸੀਂ ਇਸ ਨੂੰ ਮੇਰੀ ਸਰਕਾਰ ਕਿਉਂ ਆਖਦੇ ਮੈਂ ਸਮਝਦਾ ਕਿ ਵਿਚਾਰਕ મતਭੇਦ ਜਾਂ ਕੰਮਕਾਜ ਦੇ ਤਰੀਕੇ ਦੇ ਵਿੱਚ ਕੋਈ ਫਰਕ ਹੋਣਾ ਜਾਂ ਆਪਸੀ ਗੱਲ ਨੂੰ ਕਹਿ ਦੇਣਾ ਤੇ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਇਸ ਨੂੰ ਜਿਹੜਾ ਉਹ ਇਸ ਤਰ੍ਹਾਂ ਲੈ ਲਵੇ ਜਾਂ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਦੇਣ ਕਿ ਤੁਹਾਡੀ ਤੇ ਬਣਦੀ ਨਹੀਂ ਤੇ ਤੁਹਾਨੂੰ ਆਪਣੇ ਹੈਡ ਸਮਝਦੇ ਨਹੀਂ ਹੈ ਤੇ ਫਿਰ ਕਿੱਥੇ ਗਿਣਤੀ ਆਉਂਦੀ ਹੈ ਤੁਹਾਡੀ ਇਹ ਕਹਿ ਕੇ ਜਦੋਂ ਰਾਜਪਾਲ ਰੁਕ ਗਏ ਭਾਸ਼ ਨੂੰ ਉਹਨਾਂ ਨੂੰ ਕਰਨ ਵਿੱਚੋਂ ਇੰਟਰਪਟ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਦਖਲ ਦਿੱਤਾ ਉਹਨਾਂ ਨੇ ਕਿਹਾ ਕਾਨੂੰਨ ਦਾ ਹਵਾਲਾ ਇਹਦੇ ਕਿ ਦੱਸਿਆ ਕਿ ਉਹਨਾਂ ਨੇ ਇਹੋ ਹੀ ਕਹਿਣਾ ਹੈ ਮੇਰੀ ਸਰਕਾਰ ਹੀ ਕਹਿਣਾ ਤੇ ਫਿਰ ਕਾਂਗਰਸ ਵਾਲੇ ਕਹਿੰਦੇ ਕਿ ਤੁਸੀਂ ਜੇ ਮੇਰੀ ਸਰਕਾਰ ਹੀ ਕਹਿਣਾ ਤੇ ਅਸੀਂ ਜਾ ਰਹੇ ਹਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਵਾਕ ਆਊਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਦੇ ਕੁਝ ਖਾਸ ਮੁੱਦਿਆਂ ਤੇ ਬਹਿਸ ਦੌਰਾਨ ਅਕਾਲੀ ਦਲ ਨੇ ਕੀਤਾ ਸੀ ਔਰ ਉਸ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ ਇਹ ਬਹੁਤ ਇੰਪੋਰਟੈਂਟ ਸੈਸ਼ਨ ਹੈ ਠੀਕ ਹੈ ਇੰਨੇ ਦਿਨਾਂ ਬਾਅਦ ਤੁਸੀਂ ਆਏ ਹੋ ਵਾਕ ਆਊਟ ਕਰਨੇ ਨਾ ਕੱਖ ਨਹੀਂ ਬਣਨਾ ਤੁਸੀਂ ਕੇਂਦਰ ਦੇ ਵਿੱਚ 20 ਵਾਰੀ ਲੋਕ ਸਭਾ ਦੇ ਵਿੱਚੋਂ ਵਾਕ ਆਊਟ ਕਰਕੇ ਵੇਖ ਲਿਆ ਗਿਣਤੀ ਤੁਹਾਡੀ ਉੱਥੇ ਵੀ ਬਹੁਤ ਘੱਟ ਹੈ ਵਿਰੋਧੀ ਧਿਰ ਵੱਜੋਂ 18 ਵੀ ਸੀਟਾਂ ਕਾਫੀ ਹੁੰਦੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਨਿਭਾਓ ਤੁਹਾਡਾ ਨਾਮ ਹੈ ਪਰ ਇਸ ਤਰ੍ਹਾਂ ਵਾਕ ਆਊਟ ਕਰਨਾ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਮੈਂ ਇਸ ਗੱਲ ਨੂੰ ਠੀਕ ਨਹੀਂ ਸਮਝਦਾ